ਐਪੀਡੈਮਿਕ 24 ਤੋਂ ਬੋਲ ਰਹੇ ਹਾਂ ਤਕਰੀਬਨ ਅੱਜ ਮੈਂ ਉਹਨਾਂ ਹਸਤੀ ਨਾਲ ਗੱਲ ਕਰਾ ਰਿਹਾ ਜਿਨ੍ਹਾਂ ਦੇ ਨਾਲ ਬਹੁਤ ਇੱਕ ਬੜਾ ਤਕੜਾ ਧੋਖਾ ਹੋਇਆ ਸੀ 420 ਬਣਦੀ ਸੀ ਪਰਿਵਾਰ ਦੇ ਉੱਪਰ ਜਿਸ ਦੇ ਵਿੱਚ ਉਹਨਾਂ ਦਾ ਪਿਤਾ ਹਰਦਿਆਲ ਸਿੰਘ ਸੀ ਅਤੇ ਤਿੰਨ ਉਹਨਾਂ ਦੇ ਬੱਚੇ ਸੀ ਇੱਕ ਗੁੜੀਆ ਸੀ ਦੋ ਭਰਾ ਸੀ ਉਹਦੇ ਉਹਨਾਂ ਦੀ ਜਿਹੜੀ ਵਾਈਫ ਸੀ ਉਹ ਟੀਚਰ ਸੀ ਸਕੂਲ ਦੇ ਵਿੱਚ ਸਾਇੰਸ ਟੀਚਰ ਸੀ ਜਿਹੜੇ ਉਹਦੇ ਹਰਦਿਆਲ ਸਿੰਘ ਸੀ ਉਹ ਸੀ ਆਪਣੇ ਮੈਥਸ ਟੀਚਰ ਸੀ ਜਿਹੜਾ ਉਹਨਾਂ ਦਾ ਪਿਓ ਸੀ ਉਹ ਬਸੰਤ ਸਿੰਘ ਸੀ ਜਿਹੜਾ ਉਹਨਾਂ ਨੇ ਅੱਜ ਉਹਨਾਂ ਨਾਲ ਇੱਕ ਪਰਿਵਾਰ ਨਾਲ ਧੋਖਾ ਕਰਿਆ ਸੀ ਤਕਰੀਬਨ ਧੋਖੇ ਦੇ ਵਿੱਚ ਉਹ ਟੈਨਸ਼ਨ 'ਚ ਹਰਦਿਆਲ ਸਿੰਘ ਜੀ ਰਹਿਣ ਲੱਗੇ ਸੀ ਜਿਹਨਾਂ ਦਾ ਫਿਰ ਇੱਕ ਰੋਡ ਐਕਸੀਡੈਂਟ ਹੋਣ 'ਤੇ ਉਹਨਾਂ ਦਾ ਇੱਕ ਦੁਰਘਟਨਾ 'ਚ ਉਹਨਾਂ ਦੀ ਮੌਤ ਹੋ ਗਈ ਸੀ ਤਕਰੀਬਨ ਉਹਨਾਂ ਨੂੰ ਫਿਰ ਜਦ ਪਤਾ ਲੱਗਿਆ ਉਹਨਾਂ ਦੇ ਪਰਿਵਾਰ ਨਾਲ ਵੀ ਜੋ ਘਟਨਾ ਹੋਈ ਹੈ ਉਹਨਾਂ ਨੇ ਆਪਣੀ ਜੋ ਪਿੱਛੇ ਜ਼ਮੀਨ ਪ੍ਰੋਪਰਟੀ ਉਹ ਪੰਜਾਬ ਦੇ ਰਹਿਣ ਵਾਲੇ ਸੀ ਪਿੰਡ ਰਾਹੋਂ ਆਪਣਾ ਨਵਾਂ ਸ਼ਹਿਰ ਦੇ ਕੋਲ ਸੀ ਤਕਰੀਬਨ ਉਹਨਾਂ ਦੀ ਜਿਹੜੀ ਪ੍ਰੋਪਰਟੀ ਸੀ ਉਹਨਾਂ ਨੇ ਧੋਖੇ 'ਚ ਉਹਨਾਂ ਦੇ ਦਾਦਾ ਨੇ ਕਿਸੇ ਨੂੰ ਵੇਚਤੀ ਸੀ ਤਕਰੀਬਨ ਮੈਂ ਉਹਨਾਂ ਦੀ ਲੜਕੀ ਜਿਹੜੀ ਉਹਨਾਂ ਦੇ ਨਾਲ ਮੈਂ ਅੱਜ ਗੱਲ ਕਰਾਉਣ ਜਾ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਮੈਂ ਲਾਈਵ ਇੰਡੀਆ ਨਿਊਜ਼ 24 ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਕਿ ਇੱਕ ਜ਼ਿੰਦਗੀ ਦੀ ਸੱਚਾਈ ਸੱਚੀ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਨੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਇਸ ਚੈਨਲ ਦੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਚੈਨਲ 'ਤੇ ਆ ਕੇ ਇੰਟਰਵਿਊ ਦੇਣ ਦਾ ਮੈਂ ਸੋਨੀਆ ਕੁਲਰਤਨ ਕੌਰ ਮੈਂ ਡਾਟਰ ਹਾਂ ਲੇਟ ਸਰਦਾਰ ਹਰਦਿਆਲ ਸਿੰਘ ਬਾਜਵਾ ਦੀ ਜਿਨ੍ਹਾਂ ਦੀ ਸਟੋਰੀ ਕਹਾਣੀ ਅਸੀਂ ਹੁਣ ਸਟਾਰਟ ਕਰਾਂਗੇ ਅਤੇ ਜੋ ਜਿਹੜੀ ਇੰਟਰਵਿਊ ਲਈ ਭੁਪਿੰਦਰ ਜੀ ਮੇਰੇ ਕੋਲ ਪਹੁੰਚੇ ਨੇ ਸੋ ਮੈਂ ਦੱਸਣਾ ਚਾਹੁੰਦੀ ਹਾਂ ਮੇਰੇ ਫਾਦਰ ਸਾਹਿਬ ਮੈਥ ਟੀਚਰ ਸੀਗੇ ਜੋ ਕਿ ਜੋਬ ਕਰਦੇ ਸੀ ਮੇਰੀ ਮਦਰ ਸਾਇੰਸ ਟੀਚਰ ਸੀਗੇ ਅਤੇ ਹੁਣ ਰਿਟਾਇਰਡ ਨੇ ਸਾਡੇ ਨਾਲ ਚੰਡੀਗੜ੍ਹ ਹੀ ਰਹਿੰਦੇ ਆ ਅਤੇ ਇਹ ਘਟਨਾ ਹੈਗੀ ਇੱਕ ਘਰੇਲੂ ਵੰਡ ਦੀ ਜਿਹਦੇ ਵਿੱਚ ਮੇਰੇ ਦਾਦਾ ਜੀ ਨੇ ਮੇਰੇ ਫਾਦਰ ਸਾਹਿਬ ਦੀਆਂ ਜਿਹੜੀਆਂ ਪ੍ਰੋਪਰਟੀ ਸੀਗੀਆਂ ਆਪਣੇ ਨਾਲ ਅਤੇ ਟ੍ਰਾਂਸਫਰ ਕਰਾ ਕੇ 420 ਕਰਕੇ ਹੋਰਾਂ ਨੂੰ ਵੇਚ ਛੱਡੀ ਸੀਗੀ ਅਤੇ ਉਹਦੀ ਅਸੀਂ ਲੜਾਈ 30 ਸਾਲ ਤੱਕ ਲੜੀ ਹੈ ਅਤੇ ਹੁਣ ਸਾਨੂੰ ਕਿੱਥੇ ਜਾ ਕੇ ਅੱਜ ਇਸ ਲੜਾਈ ਦਾ ਫਲ ਮਿਲਿਆ ਅਤੇ ਹਾਂਜੀ ਚੰਡੀਗੜ੍ਹ ਹੀ ਰਹਿੰਦੇ ਸੀ ਸ਼ੁਰੂ ਤੋਂ ਮੈਂ ਗੱਲ ਕਰਨੀ ਸੀ ਮੈਡਮ ਤੁਸੀਂ ਵੀ ਜਿਹੜਾ ਕੇਸ ਸੀ ਇਹ ਤੁਹਾਡੇ ਮਦਰ ਫਿਰ ਉਸ ਟਾਈਮ ਡੈਡੀ ਤੋਂ ਬਾਅਦ ਵੀ ਉਹ ਇਕੱਲੇ ਕੇਸ ਲੜਦੇ ਨੇ ਹਾਂਜੀ ਜਿੱਦਾਂ ਕਿ 92 ਸਾਲ 'ਚ ਮੇਰੇ ਫਾਦਰ ਐਕਸਪਾਇਰ ਹੋ ਗਏ ਸੀਗੇ ਅਤੇ 92 ਸਾਲ ਦੇ ਵਿੱਚ ਹੀ ਉਹਨਾਂ ਦੀ ਪ੍ਰੋਪਰਟੀ ਵੇਚ ਦਿੱਤੀ ਗਈ ਅਤੇ ਜਿੱਦਾਂ ਮੇਰੀ ਮੰਮੀ ਜਾਗਰੂਕ ਹੋਈ ਇਸ ਗੱਲ ਤੋਂ ਅਤੇ ਉਹਨਾਂ ਨੇ ਫਿਰ ਕਦਮ ਚੱਕਿਆ ਔਰ ਜੋ ਕਾਗਜ਼ ਉਹਨਾਂ ਕੋਲ ਉਸ ਟਾਈਮ ਸੀਗੇ ਉਸ ਮੁਤਲਕ ਉਹਨਾਂ ਨੇ ਜਿਹੜਾ ਕਿ ਕੇਸ ਕੋਰਟ ਵਿੱਚ ਪਾਇਆ ਅਤੇ ਅੱਗੇ ਅੱਗੇ ਜਿੱਦਾਂ ਜਿੱਦਾਂ ਉਹਨਾਂ ਨੂੰ ਪਤਾ ਲੱਗਦਾ ਰਿਹਾ ਸੱਚਾਈ ਅਤੇ ਫਿਰ ਉਹ ਘਟਨਾਵਾਂ 'ਤੇ ਅੱਗੇ ਅੱਗੇ ਕੇਸ ਪੈਂਦੇ ਰਹੇ ਜਿਹੜੀ ਉਹ ਜ਼ਮੀਨ ਦੇ ਸੀ ਉਹ ਤੁਹਾਨੂੰ ਕੋਈ ਜਾਣ ਪਛਾਣ ਸੀ ਥੋੜ੍ਹਾ ਕੋਈ ਰਿਸ਼ਤੇਦਾਰ ਸੀ ਜਿਨ੍ਹਾਂ ਨੂੰ ਵੇਚੀ ਹੈ ਤੁਹਾਡੇ ਦਾਦਾ ਜੀ ਨਹੀਂ ਸਾਡੇ ਕੋਈ ਜਾਣ ਪਛਾਣ ਨਹੀਂ ਸੀਗੇ ਔਰ ਨਾ ਅਸੀਂ ਕਿਸੇ ਨੂੰ ਜਾਣਦੇ ਸੀਗੇ ਇਹ ਜਦ ਸਾਡੇ ਕੋਲ ਬੰਦੇ ਆਏ ਸੀਗੇ ਗੱਲ ਦੱਸਣ ਤਾਂ ਮੰਮੀ ਦੀ ਨੌਲੇਜ ਵਿੱਚ ਇਹ ਗੱਲਾਂ ਆਈਆਂ ਸੀਗੀਆਂ ਅਤੇ ਉੱਥੋਂ ਸਾਨੂੰ ਪਤਾ ਲੱਗਿਆ ਸੀਗਾ ਕਿ ਇਹ ਜਿਹੜੀਆਂ ਪ੍ਰੋਪਰਟੀ ਹੈਗੀ ਹੈ ਧੋਖੇ ਨਾਲ ਨਾਮ 'ਤੇ ਟ੍ਰਾਂਸਫਰ ਕਰਾ ਕੇ ਵੀ ਜਿੱਦਾਂ ਕਿ ਘਰੇਲੂ ਲੜਾਈ ਹੈ ਅਤੇ ਇਹ ਵੇਚੀ ਗਈ ਸੀਗੀ ਉਹ ਬੰਦਾ ਕਿੱਥੇ ਦਾ ਸੀ ਜਿਹਨੇ ਜ਼ਮੀਨ ਲਈ ਸੀ ਥੋੜ੍ਹੀ ਹੈ ਵਿਅਕਤੀ ਜਿਹੜੀ ਤੁਹਾਡੇ ਦਾਦਾ ਜੀ ਨੇ ਬੱਚੀ ਸੀ ਜੋ ਸੁਣਨਾ ਚਾਹੁੰਦਾ ਹੈ ਜੀ ਉਹ ਅੰਮ੍ਰਿਤਸਰ ਦਾ ਸੀਗਾ ਉਹਨਾਂ ਨੂੰ ਤੁਹਾਨੂੰ ਕੋਈ ਘਰ ਐਡਰੈਸ ਕੋਈ ਸਾਨੂੰ ਮਿਲਿਆ ਵੀ ਕਿੱਥੇ ਦੇ ਨਹੀਂ ਸਾਡੇ ਕੋਲ ਕੋਈ ਉਹਦਾ ਪਤਾ ਨਹੀਂ ਹੈਗਾ ਕੋਈ ਤੁਹਾਨੂੰ ਪਿੰਡ ਦੀ ਪੰਚਾਇਤ ਨੇ ਇਹਦੇ ਵਿੱਚ ਕੋਈ ਮਾੜਾ ਮੋਟਾ ਸਹਿਯੋਗ ਦਿਆ ਵੀ ਜਿੱਦਾਂ ਤੁਹਾਡੀ ਜ਼ਮੀਨ ਰਿਕੁਆਇਰ ਜਾਂ ਉਹਨਾਂ ਨੇ ਵੇਚੀ ਹੈ ਜਾਂ ਕੁਛ ਤੁਹਾਡੀ ਗੱਲ ਧੋਖਾ ਗਿਆ ਕਰਿਆ ਗਿਆ ਵੀ ਤੁਹਾਡੇ ਕੋਈ ਹੋਰ ਵੀ ਪ੍ਰੋਪਰਟੀ ਨਿਕਲਦੀ ਹੋਊਗੀ ਉੱਥੇ ਜਿੱਥੇ ਰਹਿੰਦੇ ਸੀ ਤੁਹਾਡਾ ਜਨਮ ਸਥਾਨ ਸੀ ਪਿੰਡ 'ਚ ਪ੍ਰੋਪਰਟੀ ਤਾਂ ਸਰ ਹਾਂਜੀ ਪ੍ਰੋਪਰਟੀਆਂ ਤਾਂ ਬਥੇਰੀਆਂ ਨੇ ਜਿਵੇਂ ਕਿ ਘਰ ਦੇ ਵਿੱਚ ਹਿੱਸਾ ਹੁੰਦਾ ਹੈ ਹੋਰ ਵੀ ਮੇਰੇ ਦਾਦਾ ਜੀ ਦੀ ਕੋਈ ਸਾਂਝੀ ਪ੍ਰੋਪਰਟੀ ਹੈ ਉਹਦੇ 'ਚੋਂ ਵੀ ਹਿੱਸਾ ਹੈਗਾ ਅਸੀਂ ਕਿੱਥੋਂ ਵੀ ਕੁਛ ਨਹੀਂ ਲਿਆ ਅਸੀਂ ਸਿਰਫ ਆਪਣੇ ਫਾਦਰ ਸਾਹਿਬ ਦੀ ਜਿਹੜੀ ਪ੍ਰੋਪਰਟੀ ਸੀ ਉਹਦੀ ਲੜਾਈ ਲੜੀ ਹੈ ਉਸ ਤੋਂ ਬਾਅਦ ਜਿੱਦਾਂ ਕਿ ਮੇਰੇ ਫਾਦਰ ਸਾਹਿਬ ਆਪਾਂ ਕੇਸ ਵਿੱਚ ਸੱਚੇ ਨਿਕਲੇ ਉਹਨਾਂ ਦੇ ਨਾਂ 'ਤੇ ਦੁਬਾਰਾ ਹੀ ਇਹ ਜ਼ਮੀਨ ਚੜ੍ਹੀ ਹੈ ਅਤੇ ਉਹਨਾਂ ਦੇ ਜਿਹੜੇ ਬਾਕੀ ਅੱਗੇ ਵਾਰਸ ਸੀ ਉਹਨਾਂ 'ਤੇ ਚੜ੍ਹਾਈ ਗਈ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਕੁਛ ਯਕੀਨ ਆਇਆ ਸੀ ਕਿ ਨਾ ਤੁਹਾਡੀ ਪ੍ਰੋਪਰਟੀ ਅੱਗੇ ਮੰਨਦੇ ਸੀ ਜਿਸ ਤਰ੍ਹਾਂ ਠੇਕਾ ਦਿੰਦੇ ਸੀ ਉਹ ਤੁਹਾਨੂੰ ਤਾਂ ਠੇਕਾ ਦਿੰਦੇ ਸੀ ਕਿ ਉਹਨਾਂ ਨੂੰ ਦਿੰਦੇ ਸੀ ਉਹ ਕਿਸ ਤਰ੍ਹਾਂ ਸੀ ਨਹੀਂ ਸਾਡੇ ਹੱਥ ਵਿੱਚ ਅੱਜ ਤੱਕ ਕੁਛ ਨਹੀਂ ਆਇਆ ਔਰ ਇਹ ਹੁਣ ਅਸੀਂ ਆਪਣਾ ਕਬਜ਼ਾ ਲਿਆ ਹੈਗਾ ਬਸ ਸਾਰੀ ਗੱਲ ਹੀ ਮੁੱਕਦੀ ਹੈ ਹਾਂਜੀ ਇਹ ਕਬਜ਼ਾ ਤੁਹਾਨੂੰ ਵੀ ਸਰਕਾਰ ਨੇ ਜਿਹੜਾ ਹੁਣ ਤੁਹਾਨੂੰ ਦਵਾਇਆ ਇਨਸਾਫ ਇਹ ਹੁਣ ਤੁਹਾਨੂੰ ਇਹ ਦੋ ਥੋੜ੍ਹੇ ਦਿਨ ਪਹਿਲਾਂ ਦਵਾਇਆ ਕਿ ਕੁਛ ਸਾਲ ਪਹਿਲਾਂ ਦਿਆ ਗਿਆ ਸੀ ਇਹ ਦੇਖੋ ਜੀ ਜਿੱਥੇ ਤੱਕ ਮੈਨੂੰ ਯਾਦ ਹੈ 2019 ਦੇ ਵਿੱਚ ਅਸੀਂ ਸਾਰੇ ਕੇਸ ਵਗੈਰਾ ਜਿੱਤ ਗਏ ਸੀ ਸਾਡੇ ਕਬਜ਼ੇ ਦਾ ਕੇਸ ਸੀਗਾ ਪਰ ਜਿਹੜੇ ਸਾਡੇ ਆਂਢੇ ਗੁਆਂਢੀ ਲੋਕ ਸੀਗੇ ਉਹਨਾਂ ਨੇ ਬਾਈਫਰਕੇਸ਼ਨ ਅਤੇ ਡਿਵਾਈਡੇਸ਼ਨ ਦਾ ਪਾਇਆ ਸੀ ਵੀ ਉਹਨਾਂ ਨੂੰ ਅਲੱਗ ਰਸਤਾ ਦਿੱਤਾ ਜਾਵੇ ਅਤੇ ਉਹ ਕੇਸ ਸਾਡਾ 3 ਸਾਲ ਚੱਲਿਆ ਉਸ ਤੋਂ ਬਾਅਦ ਹੁਣ ਸਾਨੂੰ ਫਾਈਨਲੀ ਕਬਜ਼ਾ ਦਿੱਤਾ ਗਿਆ ਫਿਰ ਜਿਹੜੀ ਹੋਰ ਸੀ ਹੁਣ ਤੁਹਾਡੀ ਪ੍ਰੋਪਰਟੀ ਤੁਹਾਡੇ ਹੈਂਡਓਵਰ ਸਰਕਾਰ ਨੇ ਕਰਤੀ ਜੀ ਫਿਰ ਹਾਂਜੀ
ਕੀਤਾ ਉਹ ਗਲਤ ਹੈ ਤੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਬਿਕੋਜ਼ ਜਿਹੜੀ ਸੱਚਾਈ ਦੀ ਲੜਾਈ ਹੈ ਉਹ ਹਮੇਸ਼ਾ ਹੀ ਦੇਰ ਨਹੀਂ ਸਵੇਰ ਸਹੀ ਬੰਦਾ ਜਿੱਤਦਾ ਹੀ ਹੈ। ਤੁਸੀਂ ਫਿਰ ਹੁਣ ਜਿੱਥੇ ਹੁਣ ਤੁਹਾਡੀ ਜ਼ਮੀਨ ਠੇਕੇ ਦੇ ਦੇ ਵੀ ਸੀ ਹੁਣ ਤੁਸੀਂ ਉਹਨਾਂ ਨੂੰ ਜ਼ਮੀਨ ਦੇ ਕੇ ਆਏ ਕਿ ਤੁਸੀਂ ਨਵੇਂ ਸਿਰੇ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਆ ਉਹਨਾਂ ਦੇ ਪਰਿਵਾਰ 'ਚ ਬੈਠੇ ਹੈ ਜਾ ਕੇ? ਹਾਂਜੀ ਹਾਂਜੀ ਅਸੀਂ ਉਹਨਾਂ ਨਾਲ ਮਿਲੇ ਹਾਂ ਉਹਨਾਂ ਨੂੰ ਸਾਰੀ ਗੱਲਬਾਤ ਅਸੀਂ ਖੋਲ੍ਹੀ ਹੈ ਅਤੇ ਕਾਨੂੰਗੋ ਵਗੈਰਾ ਜਿੱਦਾਂ ਮੌਕੇ 'ਤੇ ਆਏ ਸੀ ਉਹਨਾਂ ਨੇ ਸਾਡੀ ਜ਼ਮੀਨ ਦੀ ਵੰਡ ਕੀਤੀ ਹੈ। ਉਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿਉਂਕਿ ਜਿਹੜੇ ਸਾਡੇ ਹੁਣ ਰੀਸੈਂਟ ਠੇਕੇਦਾਰ ਆ ਉਹਨਾਂ ਦੀ ਮਿਹਨਤ ਸੀ ਉਹਨਾਂ ਨੇ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਗੰਨਾ ਬੀਜਿਆ ਹੋਇਆ ਸੀ ਪਨੀਰੀ ਲਗਾਈ ਹੋਈ ਸੀ ਜੀਰੀ ਦੀ ਕਮਾਦ ਲਗਾਈ ਹੋਈ ਹੈ ਅਤੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਸੀ ਸੱਚੇ ਦਿਲ ਦਿਆਂ ਸੀ ਉਹਨਾਂ ਦੀ ਆਪਣੀ ਮਿਹਨਤ ਹੈ ਅਤੇ ਅਸੀਂ ਇੱਕ ਸਾਲ ਲਈ ਉਹਨਾਂ ਨੂੰ ਹੀ ਅੱਗੇ ਫਾਰਵਰਡ ਕਰਾਂਗੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕੀ ਕਰਨਾ। ਮੈਂ ਤਾਂ ਦੇਖੋ ਬੜਾ ਖੁਸ਼ ਹੈ ਜੀ ਇਹਨਾਂ ਦੀ ਜਿਹੜੀ ਇਹਨਾਂ ਦੀ ਮਦਰ ਨੇ ਇੰਨਾ 30 ਸਾਲ ਜੀ ਕੇਸ ਲੜ ਕੇ ਆਪਣਾ ਹੱਕ ਇੱਕ ਜਿਤਾਇਆ ਵੀ ਦੇਖੋ ਬੰਦੇ ਧੋਖਾ ਧੜੀ ਕਰਦੇ 420 ਬਣਦੀ ਸੀ ਉਹਨਾਂ ਦੇ ਉੱਪਰ ਦਾਦਾ ਜੀ ਦੇ ਉੱਪਰ ਦੇਖੋ ਵੀ ਚਲੋ ਅੱਜ ਇਹਨਾਂ ਨੂੰ ਬੜੀ ਖੁਸ਼ੀ ਹੈ ਪਰਿਵਾਰ ਨੂੰ ਵੀ ਅਸੀਂ ਇੱਕ ਜਿੱਤ ਹਾਸਲ ਕਰੀ ਹੈ ਪਰ ਇਹਨਾਂ ਨੇ ਬੜਾ ਸੋਹਣਾ ਰੰਗ ਮਾਹੌਲ ਦੱਸਿਆ ਉੱਥੇ ਦਾ ਵੀ ਅਸੀਂ ਫਿਰ ਜਿੱਥੇ ਜ਼ਮੀਨ ਹੋਣ ਅਸੀਂ ਠੇਕੇ 'ਤੇ ਦੇ ਕੇ ਆਏ ਹਾਂ ਉਹਨਾਂ ਨਾਲ ਫਿਰ ਇਹਨਾਂ ਨੇ ਚਾਹ ਦੀ ਯਾਰ ਮਿੱਠੇ ਦਾ ਇਹਨਾਂ ਦਾ ਮੂੰਹ ਤਾਂ ਬੈਠ ਕੇ ਮੂੰਹ ਮਿੱਠਾ ਕਰਾ ਕੇ ਅਤੇ ਬੜੀ ਖੁਸ਼ੀ ਆਨੰਦ ਮਾਣਾ ਤਾਂ ਇਹ ਦੂਸਰਾ ਨੰਬਰ ਚੈਨਲ ਦਾ ਧੰਨਵਾਦ ਕਰਦੇ ਹਾਂ ਤਾਂ ਇਹਨਾਂ ਦਾ ਵੀ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਵੀ ਜਿਹੜਾ ਇਹਨਾਂ ਨੂੰ ਅਜੇ ਇੱਥੇ ਆਉਂਦਾ ਬੋਲਣ ਦਾ ਮੌਕਾ ਮਿਲਿਆ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਸਾਡੀ ਖਬਰ ਲੱਗੀ ਜਾਵੇ ਸਾਨੂੰ ਮੌਕਾ ਦਿਓ ਜੀ। ਬਿਲਕੁਲ ਜੀ ਬਿਲਕੁਲ ਇੱਕ ਵਾਰੀ ਫਿਰ ਤੋਂ ਲਾਈਵ ਇੰਡੀਆ ਨਿਊਜ਼ 24 ਦਾ ਮੈਂ ਬਹੁਤ ਹੀ ਤਹਿ ਦਿਲ ਨਾਲ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਇੱਕ ਸੱਚੀ ਕਹਾਣੀ ਆਪਣੇ ਚੈਨਲ ਤੇ ਚਲਾਉਣ ਦਾ ਸਾਨੂੰ ਬਹੁਤ ਵੱਡਾ ਮੌਕਾ ਦਿੱਤਾ। ਧੰਨਵਾਦ ਜੀ। ਥੈਂਕ ਯੂ।